बटाला दे विच दिन दहाड़े हजीरा पार्क विच गोली लगन नाल एक युवक गंभीर जख्मी हो गया। जानकारी अनुसार बुट्टर नामक नौजवान ने राहुल दी छाती विच गोली मार दित्ती। राहुल नू नेड़े दे हस्पताल विच दाखल करवाया गया, लेकिन उसकी गंभीर हालत नू देखदे हुए डॉक्टर ने उसनू अमृतसर दे सरकारी हस्पताल दे लई रेफर कर दिता। सूत्रों तो मिली जानकारी अनुसार पता लगा है कि इस वारदात विच एक लड़की दा मामला पाया जा रहा है। मौके ते पहुंची पुलिस मामले दी जांच कर रही है। जानकारी दिंदे हुए एसएचओ सिटी ने दसिया कि सूचना मिली सी कि हजीरा पार्क दे कोल गोली चली है अते राहुल नामक नौजवान दी छाती विच गोली लगी है, जिसनू इलाज दे लई अमृतसर दे सरकारी हस्पताल विच रेफर कर दिता है। उन्हां ने दसिया कि ए वारदात किसी गैंगवार दे नाल जुड़ी नहीं है। इस वारदात विच लड़की दा मामला सामने आ रहा है अते पुलिस जांच कर रही है। जानकारी दिंदे हुए चश्मदीद ने दसिया कि ओ अमृतसर तो आए सन अते हजीरा पार्क विच मौजूद सन अते इस दौरान गुरदासपुर दा बुट्टर नामक नौजवान आया अते पहला उसने हवा विच गोली चलाई अते फिर उसने राहुल दी छाती विच गोली मार दित्ती। बटाला तो रोहित गुप्ता दी रिपोर्ट, पंजाब अब तक। ਸਾਨੂੰ ਅੱਜ ਸਾਡੇ ਪੀਸੀਆਰ ਨੇ ਇੱਥੋਂ ਫੋਨ ਕੀਤਾ ਵੀ ਇੱਥੇ ਹਜੀਰਾ ਪਾਰਕ ਕੋਈ ਦੋ ਮੁੰਡੇ ਝਗੜ ਗਿਆ, ਇੱਕ ਨੇ ਦੂਜੇ ਨੂੰ ਗੋਲੀ ਮਾਰਤੀ ਆ। ਹੁਣ ਇੱਥੇ ਆਏ ਆ, ਵੈਰੀਫਾਈ ਕੀਤਾ, ਰਾਹੁਲ ਏਰੀਅਸ ਲਾਲਾ ਆ ਮੁੰਡਾ, ਕੋਈ ਪਹਿਲਾਂ ਤਾਂ ਇੱਥੇ ਰੈਜੀਡੈਂਸੀ ਉਹਦੀ ਬਟਾਲੇ, ਹੁਣ ਉਹ ਗੁਰਦਾਸਪੁਰ ਰਹਿੰਦੇ ਆ। ਉਹ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ, ਉਸ ਤੋਂ ਬਾਅਦ ਇੱਥੇ ਆਏ ਸੀ। ਉਹਦੀ ਕਿਸੇ ਹੋਰ ਮੁੰਡੇ ਨਾਲ, ਜਿਹੜਾ ਕਿ ਇਹਨਾਂ ਦੇ ਕਹਿਣ ਮੁਤਾਬਕ ਆ ਵੀ ਮੂਲਿਆਂ ਦਾ ਮੁੰਡਾ ਬੁੱਟਰ, ਉਹਦੇ ਨਾਲ ਲਾਗ ਡਾਟ ਸੀ। ਇੱਥੇ ਕਿਤੇ ਆਏ ਤਾਂ ਤੂੰ ਮੈਮ ਹੋਈ, ਉਹਨੇ ਇਹਦੇ ਗੋਲੀ ਮਾਰਤੀ। ਹੋ ਸਕਦਾ, ਹਾਂ ਉਹ ਵੀ ਹੋ ਸਕਦਾ, ਉਹ ਵੈਰੀਫਾਈ ਹੁਣ ਕਰਾਂਗੇ ਨਾ ਆਪਾਂ ਵੀ ਕੀ ਚੱਕਰ ਹੈ। ਹੋ ਸਕਦਾ ਕੁੜੀਆਂ ਦਾ ਵੀ ਹੋਵੇ ਮਸਲਾ ਕੋਈ ਇਸ ਤਰ੍ਹਾਂ ਦਾ, ਨਹੀਂ ਤਾਂ ਹੋਰ ਆਉਣ ਦਾ ਜੀ। ਇਹਨਾਂ ਦੇ ਮੁਤਾਬਕ ਤਿੰਨ ਚੱਲੇ ਆ, ਦੋ ਹਵਾਈ ਇੱਕ ਉਹਦੇ ਨਹੀਂ, ਲੱਕਾ ਇੰਜਣ ਉਹ ਲੜਕਾ ਇੰਜਣ ਆ। ਆਹ ਵਾਲੇ ਨੂੰ ਇਹ ਸਾਡਾ ਯਾਰ ਦੋਸਤ ਆ, ਇੱਥੇ ਰਹਿੰਦਾ ਹੁੰਦਾ ਪਹਿਲਾਂ, ਤੇ ਇੱਥੋਂ ਸ਼ਿਫਟ ਹੋ ਗਿਆ। ਅੱਜ ਇਹਨਾਂ ਦਾ ਕਦੇ ਕੋਈ ਗੱਲ ਨਹੀਂ ਆਇਆ ਮੁੰਡਾ, ਉਹ ਉਹ ਆਣ ਕੇ ਖਲੋ ਗਿਆ, ਕਹਿੰਦਾ ਕੀ ਗੱਲ ਆ, ਔਖਾ ਵੇਖਲਾ ਪਿਆ। ਬੁੱਟਰ ਬੁੱਟਰ ਹੀ ਕਹਿੰਦੇ ਕੰਮ ਆ ਰਿਹਾ ਉਹਨੇ ਇਹਨੂੰ ਸਾਡੇ ਬੰਦੇ ਨੂੰ ਤੇ ਇਹਨੇ ਮਾਰਤਾ ਤੇ ਅਸੀਂ ਨਾਲ ਭੱਜ ਗਏ ਆ। ਸਾਡਾ ਬੰਦਾ ਉਹਨੇ ਪਹਿਲਾਂ ਪੈਰ ਮਾਰਿਆ ਮੇਰੇ, ਪਹਿਲਾਂ ਇਹਨੇ ਮਾਰਿਆ ਤੇ ਮੈਂ ਗਿਆ ਭੱਜ ਤੇ ਅਸੀਂ ਡਾ ਪਿਸਤੌਲ ਹੁਣ ਅਸੀਂ ਕਿਹਾ ਫਿਰ ਨਾ ਮਾਰਦੇ, ਫਿਰ ਉਹਨੇ ਮਾਰਿਆ ਇੱਕ ਚ ਤੇ ਤੀਜਾ ਫਾਇਰ ਕੱਢਿਆ ਨਾ ਥੱਲੇ ਤੇ ਚੌਥਾ ਲੱਗਾ ਕੱਢਣ ਤੇ ਗੱਡੀ ਨੇ ਬੁਲਟ ਤੇ ਆਇਆ। ਹਾਂਜੀ ਪ੍ਰਸ਼ਾਸਨ ਨੂੰ ਅਪੀਲ ਕਰਦਾ, ਅੱਗੇ ਵੀ ਅਪੀਲ ਕੀਤੀ ਹੈ ਕਿ ਸਾਡੇ ਹੋਸਪਿਟਲ ਦੇ ਬਾਹਰ ਹਜੀਰਾ ਪਾਰਕ ਆ, ਇੱਥੇ ਆਏ ਦਿਨ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ, ਰੋਜ਼ ਹੀ ਕੋਈ ਨਾ ਕੋਈ ਬਾਈਕ ਚੁੱਕੀ ਜਾਂਦੀ ਹੈ। ਪ੍ਰਸ਼ਾਸਨ ਨੇ ਸਾਡਾ ਕਦੀ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਭਾਈ, ਇੱਥੇ ਸਕਿਉਰਟੀ ਦਾ ਗੱਲ ਦੱਸੋ ਕੋਈ ਪੇਸ਼ੈਂਟ ਆਇਆ ਵਾ, ਫਸਟ ਏਡ ਕਰਕੇ ਅਸੀਂ ਆਪਣੀ ਦੋਨਾਂ ਨੂੰ ਗੁਰੂ ਨਾਨਕ ਹੋਸਪਿਟਲ।